ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਮੈਂ ਤੁਹਾਡੇ ਵਾਸਤੇ ਲੈਸ ਦਾ ਡਿਜ਼ਾਇਨ ਲੈ ਕੇ ਆਈ ਹਾਂ ਬਹੁਤ ਪਿਆਰੀ ਬਣ ਗਈ ਹੈ ਲੈਸ ਛੋਟੀ ਛੋਟੀ ਲੈਸ ਬਣੀ ਹੈ ਤੁਸੀਂ ਬਣਾ ਕੇ ਵੇਖਦੇ ਹਾਂ ਲੈਸ ਆਪਾਂ ਬਣਾ ਕੇ ਵੇਖਦੇ ਹਾਂ ਸਭ ਤੋਂ ਪਹਿਲੇ ਆਪਾਂ ਚੇਨ ਬਣਾਵਾਂਗੇ ਚੇਨ ਬਣਾ ਕੇ ਕ੍ਰੋਸ਼ੀਆ ਡਬਲ ਕ੍ਰੋਸ਼ੀਆ ਆਪਾਂ ਸਾਰਾ ਡਬਲ ਕ੍ਰੋਸ਼ੀਆ ਬਣਾਉਣਾ ਆਪਣੀ ਡਬਲ ਕ੍ਰੋਸ਼ੀਆ ਕੰਪਲੀਟ ਹੋ ਗਿਆ ਸਾਰਾ ਮੁਕੰਮਲ ਹੋ ਗਿਆ ਇਹ ਕਲਰ ਪਾਵਾਂਗੇ ਇੱਕ ਦੋ ਤਿੰਨ ਤਿੰਨ ਚੇਨ ਬਣਾ ਕੇ ਇੱਕ ਛੱਡ ਕੇ ਅਤੇ ਅਗਲੇ ਦੇ ਵਿੱਚ ਇੱਕ ਡਬਲ ਕ੍ਰੋਸ਼ੀਆ ਇਸ ਤਰ੍ਹਾਂ ਬਣਾ ਕੇ ਇਹ ਡਬਲ ਕ੍ਰੋਸ਼ੀਆ ਇੱਕ ਛੱਡ ਕੇ ਅਤੇ ਅਗਲੇ ਦੇ ਵਿੱਚੋਂ ਇਸ ਤਰ੍ਹਾਂ ਅਤੇ ਤਿੰਨ ਚੇਨ ਇੱਕ ਦੋ ਤਿੰਨ ਤਿੰਨ ਚੇਨ ਬਣਾ ਕੇ ਡਬਲ ਕ੍ਰੋਸ਼ੀਆ ਆ ਇੱਕ ਛੱਡ ਕੇ ਅਗਲੇ ਦੇ ਵਿੱਚੋਂ ਇੱਥੋਂ ਇਸ ਤਰ੍ਹਾਂ ਡਬਲ ਕ੍ਰੋਸ਼ੀਆ ਇੱਕ ਦੋ ਤਿੰਨ ਤਿੰਨ ਚੇਨ ਬਣਾ ਕੇ ਡਬਲ ਕ੍ਰੋਸ਼ੀਆ ਇੱਕ ਛੱਡ ਕੇ ਇਸ ਵਿੱਚੋਂ ਇਸ ਤਰ੍ਹਾਂ ਡਬਲ ਕ੍ਰੋਸ਼ੀਆ ਫਿਰ ਤਿੰਨ ਚੇਨ ਇੱਕ ਦੋ ਤਿੰਨ ਫਿਰ ਡਬਲ ਕ੍ਰੋਸ਼ੀਆ ਇੱਕ ਛੱਡ ਕੇ ਇਹ ਅਗਲੇ ਦੇ ਵਿੱਚੋਂ ਇੱਥੋਂ ਇਸ ਤਰ੍ਹਾਂ ਫਿਰ ਤਿੰਨ ਚੇਨ ਦੋ ਤਿੰਨ ਫਿਰ ਡਬਲ ਕ੍ਰੋਸ਼ੀਆ ਇੱਕ ਛੱਡ ਕੇ ਅਗਲੇ ਦੇ ਵਿੱਚ ਡਬਲ ਕ੍ਰੋਸ਼ੀਆ ਇੱਕ ਦੋ ਤਿੰਨ ਤਿੰਨ ਚੇਨ ਬਣਾ ਕੇ ਫਿਰ ਡਬਲ ਕ੍ਰੋਸ਼ੀਆ ਛੱਡ ਕੇ ਇਹ ਅਗਲੇ ਦੇ ਵਿੱਚੋਂ ਇਸ ਤਰ੍ਹਾਂ ਇੱਕ ਛੱਡ ਕੇ ਇਹ ਡਬਲ ਕ੍ਰੋਸ਼ੀਆ ਇੱਕ ਦੋ ਤਿੰਨ ਤਿੰਨ ਛੱਡ ਫਿਰ ਡਬਲ ਡਬਲ ਕ੍ਰੋਸ਼ੀਆ ਇੱਕ ਛੱਡ ਕੇ ਅਗਲੇ ਵਿੱਚੋਂ ਡਬਲ ਕ੍ਰੋਸ਼ੀਆ
अपना डिजाइन मुकम्मल हो गया है। बहुत प्यारा लगता है डिजाइन इस तरह अपना है डिजाइन बने बहुत प्यारा लगता है बहुत अच्छा है। अगर तुम मेरे चैनल में सब्सक्राइब नहीं किया जरूर करा जे शेयर भी करा जे अगर तुम्हें वीडियो नहीं पसंद आई हो सकता है फिर दूसरे को पसंद आ जाए इस वास्ते वीडियो शेयर जरूर करा जे मेरे तुम्हें पसंद आएगा डिजाइन। अल्लाह हाफिज़।